ਅਸਲਾਮ ਅਲੈਕਮ ਜੀ, ਕੀ ਹਾਲ ਹੈ? ਠੀਕ ਠਾਕ ਹੋ? ਵਧੀਆ ਹੋ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਤੁਸੀਂ ਵੇਖ ਰਹੇ ਹੋ ਸਮਾਈਲ ਵਲੌਗ, ਜੋ ਕਿ ਮੈਂ ਵੀਡੀਓ ਲਾਈ ਸੀ ਟਿਕਟੋਕ 'ਤੇ ਵੀ ਵੀਜ਼ਿਆਂ ਦੇ ਬਾਰੇ 'ਚ, ਵੀ ਵੀਜ਼ੇ ਦਾ ਕੀ ਪ੍ਰੋਬਲਮ ਚੱਲ ਰਹੀ, ਕੀ ਮਸਲਾ ਹੈ? ਮਸਲਾ ਹੈ ਮੇਰੇ ਭਾਈ ਜਾਨ ਜੀ, ਵੀਜ਼ੇ ਆਵਾਮ ਕਹਿ ਰਹੀ ਹੈ ਵੀਜ਼ੇ ਓਪਨ ਹੋ ਗਏ ਨੇ, ਇਹ ਗੱਲਾਂ ਨੇ ਇੱਕ, ਠੀਕ ਹੈ। ਵੀਜ਼ੇ ਉਹ ਬੰਦੇ ਨੂੰ ਮਿਲ ਰਿਹਾ ਜਿਹੜਾ ਇੱਥੋਂ ਕੈਂਸਲ ਗਿਆ, ਜਾਂ ਪਾਟਨ ਦਾ ਵੀਜ਼ਾ ਮਿਲ ਰਿਹਾ, ਉਹ ਤਾਂ ਲੈਣਾ ਹੀ ਨਹੀਂ ਚਾਹੀਦਾ। ਇਹ ਮੇਰੀ ਗੱਲ ਸਭ ਤੋਂ ਪਹਿਲੇ ਨੋਟ ਕਰ ਲਿਓ, ਅਗਰ ਲੈਣਾ ਵੀ ਤਾਂ ਆਪਣਾ ਇਤਮਾਦ ਵਾਲਾ ਬੰਦਾ ਹੋਵੇ। ਦੂਸਰੀ ਗੱਲ ਇਹ ਵੀ ਦੁਬਈ ਦੇ ਵਿੱਚ ਵੀਜ਼ੇ ਲੱਗਦੇ ਪਏ ਨੇ, ਉਹ ਕੋਈ ਇੱਦਾਂ ਦਾ ਇਸ਼ੂ ਨਹੀਂ ਹੈ ਵੀ ਤੁਸੀਂ ਨਾ ਕਰ ਸਕਦੇ ਹੋ, ਕੰਪਨੀ ਤੋਂ ਕੰਪਨੀ ਚੇਂਜ ਕਰ ਸਕਦੇ ਹੋ, ਉਹ ਇਸ਼ੂ ਨਹੀਂ ਹੈ। ਬਾਕੀ ਜਿਹੜੀ ਗੱਲ ਰਹਿ ਗਈ ਵੀ ਪਾਕਿਸਤਾਨ ਨੂੰ ਆਉਣ ਦੀ, ਇਹ ਸਭ ਝੂਠ ਹੈ, ਐਵੇਂ ਫੇਕ ਨਿਊਜ਼ ਤੁਹਾਨੂੰ ਦੇ ਰਹੇ ਨੇ ਵੀ ਅਸੀਂ ਲਵਾ ਦਿੰਦੇ, ਯੂੰ ਕਰਦੇ ਨੇ, ਸਭ ਡਰਾਮੇਬਾਜ਼ੀ ਹੈ, ਠੀਕ ਹੈ। ਤੁਸੀਂ ਮੇਰਾ ਭਰਾ, ਥੋੜ੍ਹਾ ਸਬਰ ਕਰੋ, ਇਨਸ਼ਾਅੱਲਾ ਅਨ ਕਰੀਬ ਬੜਾ ਜਿਹਾ ਵੀਜ਼ਾ ਨਿਕਲਣਾ ਹੈ ਔਰ ਇਨਸ਼ਾਅੱਲਾ ਮਿਲੇਗਾ ਵੀ। ਸਾਡੇ ਕੋਲ ਆਹ ਵੀਜ਼ੇ ਪੈਣ ਨੇ, ਠੀਕ ਹੈ ਨਾ, ਲੇਕਿਨ ਇਸ਼ੂ ਨਹੀਂ ਹੋਏ ਅਜੇ ਤੱਕ, ਦੇ ਨਹੀਂ ਰਹੇ। ਕਿੱਦਾਂ ਦੇਈਏ ਕੱਢ ਕੇ? ਆਪਣਾ ਆਪਦਾ ਕੰਮ ਤਾਂ ਹੈ ਕੋਈ ਨਹੀਂ, ਜੇਬ 'ਚੋਂ ਇੱਦਾਂ ਵੀਜ਼ਾ ਕੱਢ ਕੇ ਦੇ ਦੇਣਾ ਨਹੀਂ। ਇੱਥੋਂ ਦੇ ਰੂਲ ਨੇ ਜਿਹੜੇ, ਉਹਨੂੰ ਫੋਲੋ ਕਰਨਾ ਪੈਣਾ, ਉਹਦੇ ਤੋਂ ਬਗੈਰ ਆਪਾਂ ਨਹੀਂ ਚੱਲ ਸਕਦੇ, ਅਤੇ ਕਰਨਾ ਵੀ ਚਾਹੀਦਾ। ਦੁਬਈ ਬਹੁਤ ਅੱਛੀ ਕੰਟਰੀ ਹੈ, ਠੀਕ ਹੈ। ਕੰਮ 2-4 ਮਹੀਨੇ ਬੰਦੇ ਨੂੰ ਸੈੱਟ ਹੋਣ 'ਤੇ ਲੱਗਦੇ ਨੇ ਇੱਥੇ, ਸਮਝਣ, ਦੁਬਈ ਨੂੰ ਸਮਝਣ 'ਤੇ। ਬਾਕੀ ਅੱਲਾਹ ਪਾਕ ਖੈਰ ਕਰੇ, ਇਨਸ਼ਾਅੱਲਾ ਆਹਿਸਤਾ ਆਹਿਸਤਾ ਸਭ ਕੁਛ ਸੈੱਟ ਹੋ ਜਾਂਦਾ ਵਾ। ਲੇਕਿਨ ਤੁਸੀਂ ਫਿਲਹਾਲ ਸਬਰ ਕਰੋ, ਜਿਹੜੇ ਬੰਦੇ ਨਵੇਂ, ਜਿਨ੍ਹਾਂ ਕੋਲ ਤਾਂ ਕੈਂਸਲ ਪੇਪਰ ਆਲਰੇਡੀ ਹੈ ਵਾ, ਕੈਂਸਲ ਪੇਪਰ ਕੋਲ ਹੋਣਾ ਵੀ ਜ਼ਰੂਰੀ ਆ, ਉਹਨੂੰ ਵੀਜ਼ਾ ਮਿਲ ਸਕਦਾ। ਇੱਥੇ ਵਿਜ਼ਿਟ 'ਤੇ ਆਉਣ ਦਾ ਫਾਇਦਾ ਕੋਈ ਨਹੀਂ, ਵਿਜ਼ਿਟ 'ਤੇ ਆ ਕੇ ਧੱਕੇ ਨੇ, ਐਵੇਂ ਬੰਦੇ ਪੈਸੇ ਲੈ ਲੈਂਦੇ ਨੇ, ਤੁਹਾਡਾ ਵੀਜ਼ਾ ਲਵਾ ਦਿਆਂਗੇ, ਕੋਈ ਵੀਜ਼ਾ ਨਹੀਂ ਲੱਗਣਾ। ਨਵੇਂ ਬੰਦਾ ਇੱਥੇ ਵਿਜ਼ਿਟ 'ਤੇ ਆ ਕੇ ਉਹਦਾ ਵੀਜ਼ਾ ਨਹੀਂ ਲੱਗਣਾ, ਸਵਾਏ ਪਾਟਨ ਦੇ ਵਿੱਚ। ਬਾਕੀ ਤੁਹਾਨੂੰ ਕਹਿ ਰਹੇ ਨਾ ਵੀ ਯਾਰ ਵਿਜ਼ਿਟ 'ਤੇ ਆ ਜਾਓ, ਤੁਹਾਨੂੰ ਵੀਜ਼ਾ ਲਵਾ ਦੇਣਾ, ਇਹ ਵੀ ਸਭ ਝੂਠ ਹੈ। ਇੱਕ ਪੈਸੇ ਠੱਗਣ ਦਾ ਤਰੀਕਾ, ਕਿਸੇ ਠੱਗਾਂ ਕੋਲੋਂ ਨਾ ਫਸੋ। ਮੇਰੇ ਨਾਂ ਦੀਆਂ ਫੇਕ ਆਈਡੀਆਂ ਲੋਕਾਂ ਨੇ ਬਣਾ ਕੇ ਬੜਾ ਜਿਹਾ ਲੁੱਟਿਆ ਆਵਾਮ ਨੂੰ। ਯਕੀਨ ਕਰੋ ਵੀ ਦੁੱਖ ਹੁੰਦਾ ਜਦੋਂ ਗਰੀਬ ਬੰਦੇ ਕੋਲ ਪੈਸੇ ਲੁੱਟਦੇ ਨੇ, ਠੀਕ ਹੈ। ਹਾਂ, ਵੀਜ਼ਾ ਤੁਸੀਂ ਸੇਲ ਕਰਦੇ ਹੋ, ਕਰੋ, ਠੀਕ ਹੈ ਨਾ, ਲੇਕਿਨ ਉਹਨੂੰ ਦਿਓ ਵੀ ਤਾਂ ਸਹੀ ਨਾ, ਉਹਨੂੰ ਫਰਾਡ ਕਰਕੇ ਉਹਨੂੰ ਨਾ ਲੁੱਟੋ, ਠੀਕ ਹੈ। ਮੈਂ ਬੰਦੇ ਆਪਣੇ ਕੋਲ ਸੱਦੇ ਸੀ, ਅਲਹਮਦੁਲਿਲਾ ਕੰਮ ਵੀ ਕਰਦੇ ਪਏ ਨੇ, ਆਏ ਨੇ, ਸਭ ਕੁਛ ਇਹਨਾਂ ਨੂੰ ਯਾਨੀ ਇੱਥੇ ਬਣਾ ਕੇ ਦਿੱਤਾ, ਕਰਦੇ ਪਏ ਨੇ ਆਲਰੇਡੀ, ਠੀਕ ਹੈ। ਇਨਸ਼ਾਅੱਲਾ ਅੱਗੇ ਵੀ ਕਰਨਗੇ, ਠੀਕ ਹੈ। ਹੁਣ ਅਲਹਮਦੁਲਿਲਾ ਮੇਰੇ ਨਾਲ ਕੰਮ 'ਤੇ ਜਾਂਦੇ ਨੇ, ਨਗਦ ਦਿਹਾੜੀ ਭਾਈ ਮਿਲਦੀ ਕਿ ਨਹੀਂ ਤੁਹਾਨੂੰ? ਰੋਜ਼ਾਨਾ ਨਗਦ ਦਿਹਾੜੀ ਸ਼ਾਮ ਨੂੰ ਇਹਨਾਂ ਨੂੰ ਦੇ ਦਈਏ, ਠੀਕ ਹੈ। ਅੱਲਾਹ ਪਾਕ ਦੇ ਰਿਹਾ ਅਤੇ ਅਸੀਂ ਵੀ ਇਹਨਾਂ ਨੂੰ ਦੇ ਰਹੇ ਹਾਂ, ਕਿਸੇ ਦਾ ਹੱਕ ਅਸੀਂ ਖਾਣਾ ਨਹੀਂ। ਜਿਹੜੇ ਲੋਕਾਂ ਦਾ ਹੱਕ ਖਾਂਦੇ ਨੇ, ਉਹ ਅੱਲਾਹ ਪਾਕ ਫਿਰ ਉਹਨਾਂ ਦਾ ਇੰਜਾਮ ਵੀ ਐਂਡ ਬੁਰਾ ਹੀ ਹੁੰਦਾ। 1 ਰੁਪਈਆ ਵੀ ਆਪਣੇ 'ਤੇ ਆਰਾਮ ਹੈ ਅਗਰ ਕਿਸੇ ਦਾ ਖਾਈਏ, ਠੀਕ ਹੈ। ਅੱਲਾਹ ਪਾਕ ਹੱਕ ਲਾ ਦੀ ਰੋਜ਼ੀ ਦੇਵੇ, ਇਹਦੇ ਵਰਗੀ ਚਾਸੀ ਕੋਈ ਨਹੀਂ, ਬੇਸ਼ੱਕ ਥੋੜ੍ਹੀ ਦੇਵੇ, ਠੀਕ ਹੈ। ਬਾਕੀ ਤੁਸੀਂ ਅਜੇ ਤੱਕ ਵੀਜ਼ਿਆਂ ਦੇ ਬਾਰੇ 'ਚ ਨਾ ਫਸੋ, ਵੀਜ਼ੇ ਅਜੇ ਤੱਕ ਬੰਦ ਨੇ, ਕਿਸੇ ਨੂੰ ਕੋਈ 1 ਰੁਪਈਆ ਨਾ ਫਸਾਓ, ਠੀਕ ਹੈ। ਅਗਰ ਜ਼ਿਆਦਾ ਹੋਰ ਤੁਸੀਂ ਗੱਲਬਾਤ ਪੁੱਛਣੀ ਤਾਂ ਕਮੈਂਟ ਕਰਦਿਆ ਕਰੋ, ਮੈਂ ਉਸ ਕਮੈਂਟ 'ਤੇ ਵੀਡੀਓ ਬਣਾ ਦਿਆ ਕਰਾਂਗਾ, ਤੁਹਾਨੂੰ ਦੱਸ ਦਿਆਂਗਾ, ਠੀਕ ਹੈ। ਫਿਲਹਾਲ ਪਹਿਲੀ ਗੱਲ ਤਾਂ ਤੁਸੀਂ ਪਾਟਨ ਦਾ ਵੀਜ਼ਾ ਨਹੀਂ ਲੈਣਾ, ਪਾਟਨ ਦਾ ਵੀਜ਼ਾ ਨਹੀਂ ਲੈਣਾ। ਇਹਦੇ 'ਤੇ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਨੇ, ਆਵਾਮ ਨੂੰ ਨਹੀਂ ਪਤਾ। ਆਵਾਮ ਨੂੰ ਇੱਥੇ ਪਤਾ ਲੱਗਦਾ ਸਾਲ ਬਾਅਦ ਜਦੋਂ ਕੰਪਨੀ ਬਲੌਕ ਹੁੰਦੀ ਹੈ, ਕੰਪਨੀ 'ਤੇ ਫਾਈਨ ਹੁੰਦਾ ਵਾ, ਫਿਰ ਪਤਾ ਲੱਗਦਾ ਵੀ ਅਸੀਂ ਹੁਣ ਕਿਹੜੇ ਪਾਸੇ ਜਾਈਏ, ਠੀਕ ਹੈ ਨਾ। ਅਤੇ ਅੱਲਾਹ ਪਾਕ ਤੁਹਾਨੂੰ ਆਪਣੇ ਜ਼ਮਾਨ 'ਚ ਰੱਖੇ, ਅਤੇ ਵਿਜ਼ਿਟ 'ਤੇ ਵੀ ਨਹੀਂ ਆਉਣਾ। ਅਗਰ ਵਿਜ਼ਿਟ ਤੁਹਾਡੇ ਕੋਲ ਪੈਸਾ ਵਾਧੂ ਇੰਜੋਏ ਕਰਨ ਆਉਣਾ, ਫਿਰਨ ਟੁਰਨ ਆਉਣਾ, ਆਓ, ਮੈਂ ਨਹੀਂ ਰੋਕਦਾ। ਬਾਕੀ ਤੁਹਾਨੂੰ ਕੋਈ ਕਹੇ ਨਾ ਵੀ ਅਸੀਂ ਵਿਜ਼ਿਟ 'ਤੇ ਸੱਦ ਕੇ ਤੁਹਾਨੂੰ ਵੀਜ਼ਾ ਦਿੰਦੇ ਹਾਂ, ਇਹ ਗੱਲ ਝੂਠ ਹੈ। ਹੋ ਸਕੇ ਸਾਡੇ ਸਮਾਈਲ ਵਲੌਗ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈੱਲ ਆਈਕਨ ਪ੍ਰੈੱਸ ਕਰੋ, ਤਾਂ ਕਿ ਤੁਹਾਨੂੰ ਨਵੀਂ ਵੀਡੀਓ ਮਿਲ ਸਕੇ।